ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬੀ ਕਿਚਨ ਯੂਟਿਊਬ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ। ਅੱਜ ਅਸੀਂ 5 ਮਿੰਟ ਵਿੱਚ ਨਾਸ਼ਤੇ ਲਈ ਪੌਸ਼ਟਿਕ ਆਟੇ ਦਾ ਚਿੱਲਾ ਬਣਾ ਕੇ ਤਿਆਰ ਕਰਾਂਗੇ, ਜਾਣੀ ਕਿ ਉਤਪਮ। ਤੁਸੀਂ ਇਸ ਨੂੰ ਆਪਣੀ ਪਸੰਦ ਦੀਆਂ ਸਬਜ਼ੀਆਂ ਪਾ ਕੇ ਹੋਰ ਵੀ ਸਵਾਦਿਸ਼ਟ ਬਣਾ ਸਕਦੇ ਆ। ਜੇ ਕੋਈ ਅੰਡਾ ਜਾਂ ਆਮਲੇਟ ਨਹੀਂ ਖਾ ਸਕਦਾ, ਉਹਨਾਂ ਲਈ ਇਹ ਬਹੁਤ ਹੀ ਵਧੀਆ ਆਪਸ਼ਨ ਆ। ਉਤਪਮ ਬਣਾਉਣ ਲਈ ਜੋ ਚੀਜ਼ਾਂ ਲਈਆਂ ਆ, ਉਹਨਾਂ ਨੂੰ ਵੀ ਇੱਕ ਵਾਰੀ ਦੇਖ ਲੈਂਦੇ ਆ। ਸਭ ਤੋਂ ਪਹਿਲਾਂ ਪੰਜਾਬੀ ਕਿਚਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈੱਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਜਿਹੜੇ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਉਤਪਮ ਬਣਾਉਣ ਦੇ ਲਈ ਇੱਕ ਕੋਲੀ ਕਣਕ ਦਾ ਆਟਾ ਲਿਆ ਆ, ਸਬਜ਼ੀਆਂ ਲਈਆਂ ਆ, ਇੱਕ ਸ਼ਿਮਲਾ ਮਿਰਚ ਲਈ, ਇਹਨੂੰ ਵੀ ਬਿਲਕੁਲ ਬਰੀਕ ਬਰੀਕ ਕੱਟ ਲਿਆ, ਇੱਕ ਟਮਾਟਰ ਇਹਨੂੰ ਵੀ ਬਰੀਕ ਕੱਟਿਆ ਆ, ਤਿੰਨ ਹਰੀਆਂ ਮਿਰਚਾਂ। ਹਰੀਆਂ ਮਿਰਚਾਂ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਲੈਣੀਆਂ, ਜਿੰਨਾ ਤੁਸੀਂ ਤਿੱਖਾ ਖਾਣਾ ਪਸੰਦ ਕਰਦੇ। ਇੱਕ ਪਿਆਜ ਲਿਆ, ਇਹਨੂੰ ਵੀ ਬਰੀਕ ਕੱਟ ਲਿਆ, ਰਿਫਾਇੰਡ ਆਇਲ ਲਿਆ ਆ, ਨਮਕ ਲਿਆ 1 ਚਮਚ, ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਲੈਣਾ ਹੈ। ਹੁਣ ਇੱਕ ਬਾਉਲ ਲਵਾਂਗੇ, ਇਹਦੇ ਵਿੱਚ ਪਾਵਾਂਗੇ ਆਟਾ। ਆਟਾ ਜਿਹੜਾ ਪਾ ਲਿਆ ਹੈ, ਹੁਣ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾਣੀ ਪਾਣਾ ਹੈ ਤੇ ਇੱਕ ਸਮੂਥ ਬੈਟਰ ਜਿਹੜਾ ਬਣਾ ਕੇ ਤਿਆਰ ਕਰਨਾ। ਪਾਣੀ ਜਿਹੜਾ ਥੋੜਾ ਥੋੜਾ ਕਰਕੇ ਪਾਣਾ ਤੇ ਮਿਲਾਉਂਦੇ ਜਾਣਾ, ਇਹਦੇ ਵਿੱਚ ਕੋਈ ਵੀ ਜਿਹੜੀ ਗੁਠਲੀ ਨਹੀਂ ਹੋਣੀ ਚਾਹੀਦੀ। ਇਸ ਤਰੀਕੇ ਨਾਲ ਥੋੜਾ ਥੋੜਾ ਪਾਣੀ ਪਾ ਕੇ ਤੁਸੀਂ ਮਿਲਾਉਂਦੇ ਜਾਣਾ ਹੈ। ਤੁਸੀਂ ਦੇਖ ਸਕਦੇ ਹੋ ਬੈਟਰ ਜਿਹੜਾ ਹਜੇ ਸਾਡਾ ਗਾੜਾ ਹੈ, ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਤੇ ਮਿਲਾਉਂਦੇ ਜਾਵਾਂਗੇ। ਪਾਣੀ ਜਿਹੜਾ ਥੋੜਾ ਥੋੜਾ ਕਰਕੇ ਪਾਉਣਾ ਹੈ। ਉਤਪਮ ਜਿਹੜੇ ਤੁਸੀਂ ਸਵੇਰ ਦੇ ਨਾਸ਼ਤੇ ਦੇ ਵਿੱਚ ਜਾਂ ਦੁਪਹਿਰ ਦੇ ਖਾਣੇ ਦੇ ਵਿੱਚ ਬਣਾ ਕੇ ਖਾ ਸਕਦੇ ਹੋ। ਉਤਪਮ ਜਿਹੜਾ ਖਾਣੇ ਲਈ ਬਹੁਤ ਹੀ ਜ਼ਿਆਦਾ ਹੈਲਦੀ ਹੈ, ਕਿਉਂਕਿ ਅਸੀਂ ਇਹਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਸਬਜ਼ੀਆਂ ਪਾ ਸਕਦੇ ਹਾਂ। ਬੱਚਿਆਂ ਲਈ ਵੀ ਜਿਹੜਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ। ਬੈਟਰ ਜਿਹੜਾ ਸਾਡਾ ਬਿਲਕੁਲ ਤਿਆਰ ਹੋ ਗਿਆ ਹੈ, ਤੁਸੀਂ ਦੇਖ ਸਕਦੇ ਹੋ ਇਹਦੀ ਕੰਸਿਸਟੈਂਸੀ, ਨਾ ਹੀ ਜ਼ਿਆਦਾ ਪਤਲਾ ਹੈ ਤੇ ਨਾ ਹੀ ਜ਼ਿਆਦਾ ਗਾੜਾ ਹੈ। ਹੁਣ ਅਸੀਂ ਇਹਨੂੰ ਢੱਕ ਕੇ 5 ਮਿੰਟ ਲਈ ਜਿਹੜਾ ਰੈਸਟ ਲਈ ਛੱਡ ਦਾਂਗੇ। 5 ਮਿੰਟ ਹੋ ਗਏ ਬੈਟਰ ਨੂੰ ਰੱਖੇ ਹੋਏ, ਇੱਕ ਵਾਰੀ ਦੇਖ ਲੈਂਦੇ ਹਾਂ। ਬੈਟਰ ਜਿਹੜਾ ਸਾਡਾ ਬਿਲਕੁਲ ਸੈੱਟ ਹੋ ਗਿਆ ਹੈ। ਹੁਣ ਇਹਦੇ ਵਿੱਚ ਪਾਵਾਂਗੇ ਨਮਕ 1 ਚਮਚ, ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾਉਣਾ, ਮਿਲਾ ਦਾਂਗੇ। ਸਬਜ਼ੀਆਂ ਪਾ ਦਾਂਗੇ, ਸਬਜ਼ੀਆਂ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਲੈ ਸਕਦੇ ਹੋ, ਜਿਹੜੀ ਜਿਹੜੀ ਸਬਜ਼ੀ ਤੁਹਾਨੂੰ ਪਸੰਦ ਹੋਵੇ। ਸਾਰੀਆਂ ਸਬਜ਼ੀਆਂ ਪਾ ਦਾਂਗੇ ਇਹਦੇ ਵਿੱਚ। ਸਬਜ਼ੀਆਂ ਵੀ ਜਿਹੜੀਆਂ ਚੰਗੇ ਤਰੀਕੇ ਨਾਲ ਮਿਕਸ ਕਰ ਲਈਆਂ ਹੈ, ਤੁਹਾਨੂੰ ਮੈਂ ਦਿਖਾਉਂਦੀ ਹਾਂ ਇਹਦੀ ਕੰਸਿਸਟੈਂਸੀ। ਬਿਲਕੁਲ ਇਹੋ ਜਿਹੀ ਕੰਸਿਸਟੈਂਸੀ ਹੋਣੀ ਚਾਹੀਦੀ ਹੈ ਸਬਜ਼ੀਆਂ ਮਿਕਸ ਕਰਨ ਤੋਂ ਬਾਅਦ ਵੀ, ਗਾੜਾ ਨਹੀਂ ਹੋਣਾ ਚਾਹੀਦਾ ਇਹ ਤੋਂ ਜ਼ਿਆਦਾ। ਹੁਣ ਅਸੀਂ ਉਤਪਮ ਬਣਾ ਲਾਂਗੇ। ਉਤਪਮ ਅਸੀਂ ਤਵੇ ਦੇ ਉੱਪਰ ਬਣਾਵਾਂਗੇ, ਆਮ ਜੇ ਤੇ ਅਸੀਂ ਰੋਟੀ ਬਣਾਉਂਦੇ ਹਾਂ। ਹੁਣ ਅਸੀਂ ਕੀ ਕਰਾਂਗੇ, 1 ਚਮਚ ਤੇਲ ਜਿਹੜਾ ਪਾ ਲਾਂਗੇ, ਤਵੇ ਨੂੰ ਗਰੀਸ ਕਰ ਦਾਂਗੇ। ਗੈਸ ਦੀ ਫਲੇਮ ਜਿਹੜੀ ਮੀਡੀਅਮ ਰੱਖਣੀ ਆ, ਤਵਾ ਜਿਹੜਾ ਗਰੀਸ ਕਰ ਲਿਆ। ਹੁਣ ਕੀ ਕਰਾਂਗੇ, ਇਸ ਤਰੀਕੇ ਨਾਲ ਵੱਡਾ ਚਮਚ ਲੈ ਕੇ ਇਹਦੇ ਵਿੱਚ ਬੈਟਰ ਭਰ ਕੇ ਤਵੇ ਨੂੰ ਪੂਰੇ ਤਰੀਕੇ ਨਾਲ ਪਾ ਦਾਂਗੇ, ਖਿਲਾ ਦੇਣਾ ਇਹਨੂੰ। ਸਾਈਜ਼ ਜਿੰਨਾ ਵੱਡਾ ਤੁਸੀਂ ਰੱਖਣਾ ਚਾਹੁੰਦੇ ਹੋ ਉਸ ਤਰੀਕੇ ਨਾਲ ਇਹਨੂੰ ਖਿਲਾ ਲੈਣਾ ਹੈ ਤੁਸੀਂ। ਗੈਸ ਦੀ ਫਲੇਮ ਜਿਹੜੀ ਮੀਡੀਅਮ ਰੱਖਣੀ ਹੈ, ਮੀਡੀਅਮ ਫਲੇਮ ਤੇ ਅਸੀਂ ਇਹਨੂੰ 1 ਸਾਈਡ ਤੋਂ 2 ਤੋਂ 3 ਮਿੰਟ ਤੱਕ ਅਸੀਂ ਇਹਨੂੰ ਪੱਕਣ ਲਈ ਛੱਡ ਦਾਂਗੇ। ਤੁਸੀਂ ਦੇਖ ਸਕਦੇ ਹੋ ਇਹ ਉੱਪਰੋਂ ਦੀ ਜਿਹੜਾ ਡਰਾਈ ਹੋਣ ਲੱਗ ਪਿਆ ਹੈ, ਇਹਦਾ ਮਤਲਬ ਇਹ ਹੈ ਕਿ ਥੱਲਿਓ ਜਿਹੜਾ ਹੈ ਸਿਕਣ ਲੱਗ ਪਿਆ ਹੈ। ਜਦੋਂ ਇਹ ਪੂਰੀ ਤਰ੍ਹਾਂ ਡਰਾਈ ਹੋ ਜਾਊਗਾ ਫਿਰ ਅਸੀਂ ਇਹਦੀ ਸਾਈਡ ਚੇਂਜ ਕਰ ਦਾਂਗੇ। ਤੁਸੀਂ ਦੇਖ ਸਕਦੇ ਹੋ ਉਤਪਮ ਜਿਹੜਾ ਉੱਪਰੋਂ ਪੂਰੀ ਤਰ੍ਹਾਂ ਡਰਾਈ ਹੋ ਗਿਆ ਹੈ। ਹੁਣ ਅਸੀਂ ਇਹਦੇ ਉੱਪਰ ਥੋੜਾ ਜਿਹਾ ਤੇਲ ਪਾ ਦਾਂਗੇ, ਰਿਫਾਇੰਡ ਆਇਲ ਥੋੜਾ ਜਿਹਾ ਪਾਣਾ ਹੈ ਤੇ ਇਹਦੀ ਸਾਈਡ ਚੇਂਜ ਕਰ ਦਾਂਗੇ। ਤੁਸੀਂ ਦੇਖ ਸਕਦੇ ਹੋ ਬੜੇ ਆਰਾਮ ਦੇ ਨਾਲ ਜਿਹੜਾ ਹੈ ਇਹ ਚਿਪਕਿਆ ਨਹੀਂ ਹੈਗਾ ਬਿਲਕੁਲ ਵੀ ਥੱਲੇ, ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਹੈ। ਇਸੇ ਤਰੀਕੇ ਨਾਲ ਅਸੀਂ ਦੂਜੀ ਸਾਈਡ ਤੋਂ ਵੀ ਜਿਹੜਾ ਇਹਨੂੰ ਸੇਕ ਲਾਂਗੇ, ਦੂਜੀ ਸਾਈਡ ਤੋਂ ਚੈੱਕ ਕਰ ਲੈਂਦੇ ਹਾਂ। ਤੁਸੀਂ ਦੇਖ ਸਕਦੇ ਹੋ ਬੜੇ ਆਰਾਮ ਦੇ ਨਾਲ ਜਿਹੜਾ ਹੈ ਦੇਖੋ ਕਿੰਨਾ ਵਧੀਆ ਸਿੱਕ ਕੇ ਤਿਆਰ ਹੋਇਆ ਇਧਰੋਂ, ਦੂਜੀ ਸਾਈਡ ਤੋਂ ਵੀ 1 ਮਿੰਟ ਲਈ ਇਸੇ ਤਰੀਕੇ ਨਾਲ ਸੇਕ ਲਾਂਗੇ।
उत्पम जेड़ा साड़ा दोनों साइड तो चंगे तरीके ना सेक गया है, काट लांगे चक लांगे ऐसे तरीके ना प्लेट ते, ऐसे तरीके ना बाकी दे उत्पम भी बना के तैयार कर लांगे। पहला थोड़ा जा तेल पाना आपका ऐसे तरीके ना बैटर नो फिर तो हिला के ऐसे तरीके नाल ऐसे अपने बाकी सारे उत्पम बना के तैयार कर लेंगे। तुसी देख सकते हो उत्पम जेड़े साडे बहुत ही बढ़िया बन के तैयार होए हैं। उत्पम तुसी दही दे नाल सर्व कर सकते हो, ये खाने दे विच भी बहुत ही ज्यादा हेल्दी हुंदे आ ते टेस्टी हुंदे आ। तुसी भी ऐसे तरीके नाल बनायो ते खायो। जे वीडियो चंगी लगी तां वीडियो नूं लाइक करना, शेयर करना ते कमेंट करके जरूर दसना कि रेसिपी किहो जी लगी। जे चैनल ते पहली बार आए हो तां चैनल नूं सबसक्राइब करना, नाल ही बैल आइकन जरूर प्रेस करना तां कि मेरे आने वाले वीडियो दे जिहड़े नोटिफिकेशन आ सब तों पहलां तुहानूं मिल सके। वीडियो देखण लई तुहाडा बहुत बहुत धन्नवाद।